ਤੁਹਾਡਾ ਸਾਰਿਆਂ ਦਾ ਇਸ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਚੈਨਲ ਨੂੰ ਸਬਸਕ੍ਰਾਈਬ ਕਰੂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਚਾਹਦੇ ਨੇ ਅੱਜ ਦੇ ਆਪਣੇ ਖਾਸ ਖਾਸ ਅਪਡੇਟ ਦੇ ਉੱਪਰ। ਰੋਜਾਨਾ ਜਿਵੇਂ ਸਭ ਤੋਂ ਪਹਿਲਾਂ ਇੱਕ ਯੂਰੋ ਦਾ ਰੇਟ ਜਿਹੜਾ ਦੇਖਾਂਗੇ ਅੱਜ ਦਾ ਕੀ ਰੇਟ ਚੱਲ ਰਿਹਾ ਹੈ। 81 ਰੁਪਏ 63 ਪੈਸੇ ਇੱਕ ਯੂਰੋ ਦਾ ਰੇਟ। ਇਸ ਤੋਂ ਬਾਅਦ ਇੱਕ ਪੌਂਡ ਦਾ ਰੇਟ 94 ਰੁਪਏ 88 ਪੈਸੇ ਉੱਤੇ ਆ ਚੁੱਕਾ ਹੈ। ਰੇਟ ਜਿਹੜੇ ਘਟੇ ਹਨ ਤੇ ਰੁਪਈਆ ਜਿਹੜਾ ਹੈ ਜਿੰਨਾ ਦੇ ਅਗੇਂਸਟ ਮਜ਼ਬੂਤ ਹੋਇਆ ਹੈ। ਇੱਕ ਡਾਲਰ ਦਾ ਰੇਟ ਵੀ ਜਿਹੜ ਚਲਦੇ ਆ ਜੀ ਆਪਣੇ ਪਹਿਲੇ ਅਪਡੇਟ ਦੇ ਉੱਤੇ ਪਹਿਲਾ ਅਪਡੇਟ ਜਿਹੜਾ ਆਪਣਾ ਸਪੈਡ ਦੇ ਨਾਲ ਸੰਬੰਧਿਤ ਹੈ ਬਹੁਤੇ ਲੋਕ ਕੀ ਕਰਦੇ ਨੇ ਕਿ ਜਿੱਦਾਂ ਕਿ ਘਰ ਦੇ ਵਿੱਚ ਮੰਨ ਲਓ ਸੁਪੋਜ਼ ਕਰੋ ਕਿ 4 ਜੀ ਰਹਿੰਦੇ ਹਨ ਤੇ ਜਿਹੜਾ ਸਪੈਡ ਹੈ ਜੀ ਇੱਕ ਬੰਦਾ ਹੀ ਬਣਾਉਂਦਾ ਹੈ ਹੁਣ ਸਪੈਡ ਦੇ ਨਾਲ ਸੰਬੰਧਿਤ ਜਿਹੜੀ ਬਾਕੀ ਜਾਣਕਾਰੀ ਉਸ ਨੂੰ ਦੱਸਣ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਸਪੈਡ ਜਿਹੜਾ ਹੈ ਇਹ ਇਸ ਨੂੰ ਪਹਿਲਾਂ ਤੁਸੀਂ ਇਹ ਮੰਨ ਕੇ ਚੱਲਣਾ ਹੈ ਕਿ ਜਿਹੜਾ ਸਪੈਡ ਹੈ ਇੱਕ ਤਰ੍ਹਾਂ ਦੀ ਛਾਡੀ ਜਿਹੜੀ ਡਿਜੀਟਲ ਆਈਡੈਂਟੀ ਹੈ ਮਤਲਬ ਇਹ ਹੈ ਕਿ ਅਗਰ ਤੁਹਾਡੀ ਜਿਹੜੀ ਉਮਰ ਹੈ ਜੀ 18 ਸਾਲ ਤੋਂ ਉੱਪਰ ਹੈ ਤੇ ਤੁਸੀਂ ਜਿਹੜਾ ਆਪਣਾ ਸਪੈਡ ਬੜੇ ਆਰਾਮ ਦੇ ਨਾਲ ਬਣਾ ਸਕਦੇ ਹੋ ਤੇ ਘਰ ਦੇ ਵਿੱਚ ਜਿੰਨੇ ਵੀ ਜੀ ਰਹਿੰਦੇ ਹਨ ਤੁਸੀਂ ਸਾਰਿਆਂ ਦਾ ਜਿਹੜਾ ਵੱਖ-ਵੱਖਰਾ ਸਪੈਡ ਵੀ ਬਣਾ ਸਕਦੇ ਹੋ ਕਿਉਂਕਿ ਜਿੱਦਾਂ ਹਰ ਬੰਦੇ ਦੀ ਆਪਣੀ ਈਮੇਲ ਵੀ ਹੁੰਦੀ ਹੈ ਤੇ ਆਪਣਾ ਇੱਕ ਫੋਨ ਨੰਬਰ ਹੁੰਦਾ ਇਸੇ ਤਰ੍ਹਾਂ ਜਿਹੜਾ ਸਪੈਡ ਹੈ ਜੀ ਉਹ ਵੀ ਆਪੂ ਆਪਣਾ ਹੋ ਸਕਦਾ ਹੈ ਕੋਈ ਇਹਦੇ ਵਿੱਚ ਦਿੱਕਤ ਨਹੀਂ ਹੈ ਇਹਦੇ ਵਿੱਚ ਤੁਸੀਂ ਇੱਕ ਚੀਜ਼ ਦਾ ਖਿਆਲ ਰੱਖਣਾ ਹੈ ਕਿ ਜਿਹੜਾ ਪੋਸਟੇ ਤੇ ਦਾ ਤੁਸੀਂ ਸਪੈਡ ਬਣਾਉਂਦੇ ਹੋ ਅਗਰ ਤੁਸੀਂ ਜਿਹੜਾ ਪੋਸਟੇ ਥਰੂ ਸਪੈਡ ਬਣਾਉਂਦੇ ਹੋ ਜਾਂ ਟਾਈਮ ਵਾਲੇ ਦੇ ਜਾਂ ਰੂਬਾ ਪਿਕ ਕਿ ਜਿਹੜਾ ਸਪੈਡ ਹੈ ਜੀ ਕਈ ਤਰ੍ਹਾਂ ਦਾ ਬਣਦਾ ਹੈ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਫੋਨ ਨੰਬਰ ਤੁਹਾਡੇ ਕੋਲ ਹੋਵੇਗਾ ਉਸ ਫੋਨ ਦੇ ਨਾਲ ਹੀ ਜਿਹੜਾ ਸਪੈਡ ਨੂੰ ਕੰਟੈਕਟ ਕਰਨਾ ਹੈ ਕਿਉਂਕਿ ਜਦੋਂ ਤੁਸੀਂ ਸਪੈਡ ਓਪਨ ਕਰਦੇ ਹੋ ਤਾਂ ਇੱਕ ਫੋਨ ਦੇ ਉੱਤੇ ਮੈਸੇਜ ਆਉਂਦਾ ਹੈ ਅਗਰ ਤੁਸੀਂ ਆਪਣਾ ਹੀ ਫੋਨ ਨੰਬਰ ਦਿੱਤਾ ਹੋਏਗਾ ਤੇ ਤੁਹਾਡਾ ਆਪਣਾ ਸਪੈਡ ਹੋਏਗਾ ਤੇ ਇਹਦੇ ਨਾਲ ਤੁਹਾਨੂੰ ਜਿਹੜੀ ਬਹੁਤ ਆਰਾਮ ਮਿਲੇਗਾ ਫਾਇਦਾ ਮਿਲੇਗਾ ਬਾਕੀ ਇੱਥੇ ਦੇ ਵੇਜਦੋਂ ਕਿ ਹਾਲਾਤ ਪਹਿਲਾਂ ਕੁਝ ਠੀਕ ਸਨ ਪੂਰੇ ਯੂਰਪ ਦੀ ਗੱਲ ਕਰ ਲਈਏ ਜਾਂ ਪੂਰੇ ਵਰਲਡ ਦੀ ਲੜਾਈ ਤੋਂ ਪਹਿਲਾਂ ਦੀ ਆਪਾਂ ਗੱਲ ਕਰ ਰਹੇ ਹਾਂ ਕੋਵਿਡ ਤੋਂ ਉਸ ਟੈਮਟਲੀ ਦੇ ਵਿੱਚ ਕੀ ਹੁੰਦਾ ਸੀ ਕਿ ਜਿਹੜਾ ਤੁਹਾਨੂੰ ਬੈਂਕਾਂ ਦੇ ਵਿੱਚ ਜਿੰਨਾ ਕਿ ਤੁਹਾਡਾ ਜੋ ਵੀ ਪੈਸਾ ਹੁੰਦਾ ਸੀ ਸਪੋਜ਼ ਕਰੋ ਕਿ ਤੁਸੀਂ 1000 2000 ਜਾਂ 5000 ਜਿੰਨਾ ਵੀ ਤੁਹਾਡੇ ਕੋਲ ਆਪਣਾ ਰੁਪਈਆ ਹੈ ਰੁਪਏ ਤੋਂ ਭਾਵੇਂ ਕਿ ਯੂਰੋ ਜਿਹੜੀ ਇੱਥੋਂ ਦੀ ਕਰੰਸੀ ਤੁਸੀਂ ਉਹ ਬੈਂਕਾਂ ਦੇ ਵਿੱਚ ਹੀ ਰੱਖਦੇ ਸੀ ਆਪਣੇ ਖਾਤੇ ਦੇ ਵਿੱਚ ਕਿਉਂਕਿ ਉਸ ਦੇ ਵਿੱਚ ਹੀ ਸੈਲਰੀ ਆਉਂਦੀ ਸੀ ਅਗਰ ਜਿਹੜੀ ਤੁਹਾਡੀ ਸੈਲਰੀ 5000 ਯੂਰੋ ਤੋਂ ਵੱਧ ਜਾਂਦੀ ਸੀ ਖਾਤੇ ਦੇ ਵਿੱਚ ਤਾਂ ਉਸ ਦੇ ਉੱਤੇ ਕੀ ਹੁੰਦਾ ਸੀ ਕਿ ਇੰਪੋਸਟਾ ਦੀ ਬੋਲੋ ਲੱਗਦੀ ਸੀ ਹੁਣ ਵੀ ਇਹ ਜਿਹੜੀ ਬੋਲੋ ਲੱਗਦੀ ਹੈ ਇਦੇ ਵਿੱਚ 34-35 ਯੂਰੋ ਦੇ ਆਸ-ਪਾਸ ਜਿਹੜੇ ਹੈ ਜੀ ਕੱਟੇ ਜਾਂਦੇ ਹਨ ਇੱਕ ਸਾਲ ਦੇ ਵਿੱਚ ਸ਼ਰਤਾਂ ਦੇ ਵਿੱਚ ਇਹ ਹੁੰਦੀ ਹੈ ਕਿ ਜੇ ਤੁਹਾਡੇ ਜਿਹੜੇ ਅਕਾਊਂਟ ਦੇ ਵਿੱਚ ਜਿਹੜਾ ਪੈਸਾ ਹੈ ਅਕਾਊਂਟ ਦੇ ਵਿੱਚ ਕਰੰਟ ਅਕਾਊਂਟ ਦੇ ਵਿੱਚ ਉਹ ਅਗਰ 5000 ਤੋਂ ਉੱਪਰ ਹੋ ਜਾਂਦਾ ਹੈ 1 ਯੂਰੋ ਵੀ ਤਾਂ ਤੁਹਾਨੂੰ ਜਿਹੜਾ ਇਹ ਭੁਗਤਾਨ ਕਰਨਾ ਪੈਂਦਾ ਹੈ ਬਾਕੀ ਇਟਲੀ ਦੇ ਵਿੱਚ ਇੱਕ ਹੋਰ ਵੀ ਜਿਹੜੀ ਵੱਡੀ ਪ੍ਰੋਬਲਮ ਪਹਿਲਾਂ ਚੱਲਦੀ ਸੀ ਕਿ ਜਿਹੜਾ ਵਿਆਜ ਸੀ 0.25% ਮਿਲਦਾ ਸੀ ਮਤਲਬ ਕਿ ਜੇ ਤੁਸੀਂ 100 ਯੂਰੋ ਬੈਂਕ ਦੇ ਵਿੱਚ ਜਮਾ ਕਰਾਉਂਦੇ ਸੀ ਜਿੱਦਾਂ ਕਿ ਫਿਕਸਡ ਡਿਪੋਜ਼ਿਟ ਆਪਾਂ ਐਫ ਡੀ ਵਗੈਰਾ ਕਹਿ ਸਕਦੇ ਹਾਂ ਉਦੇ ਉੱਤੇ ਤੁਹਾਨੂੰ 25 ਸੈਂਟ ਜਿਹੜੇ ਸਨ 25 ਸੈਂਟ ਮਤਲਬ ਇੱਕ ਜੂਰੂ ਤੋਂ ਵੀ ਘੱਟ ਵਿਆਜ ਮਿਲਦਾ ਸੀ ਇੱਕ ਸਾਲ ਦਾ ਹੁਣ ਪੈਸਾ ਡਬਲ ਹੋਣ ਦੇ ਵਾਸਤੇ ਮੋਲੋ ਬੰਦੇ ਦੀ ਜਿਹੜੀ ਪੂਰੀ ਜ਼ਿੰਦਗੀ ਵੀ ਖਤਮ ਹੋ ਜਾਵੇ ਤਦ ਵੀ ਜਿਹੜਾ ਪੈਸਾ ਡਬਲ ਨਹੀਂ ਹੋ ਸਕਦਾ ਸੀ ਪਰੰਤੂ ਹੁਣ ਜਿਹੜੀ ਇਟਲੀ ਦੇ ਵਿੱਚ ਸਥਿਤੀ ਇੱਕ ਲਗਤਰਾਂ ਦੀ ਬਣ ਚੁੱਕੀ ਹੈ ਕਿਉਂਕਿ ਕੀ ਹੋਇਆ ਹੈ ਕਿ ਇਨਫਲੇਸ਼ਨ ਦੁਨੀਆ ਦੇ ਵਿੱਚ ਵੀ ਵਧੀ ਹੈ ਤੇ ਇਟਲੀ ਦੇ ਵਿੱਚ ਵੀ ਵਧੀ ਹੈ ਮਹਿੰਗਾਈ ਵਗੈਰਾ ਜਿਹੜੀ ਹੈ ਜੀ ਕਾਫੀ ਵਧੀ ਹੈ ਹੁਣ ਤੁਸੀਂ ਹਰ ਹਫਤੇ ਜਦੋਂ ਕੀ ਮਾਰਕੀਟ ਦੇ ਵਿੱਚ ਜਾਂਦੇ ਹੋ ਤੇ ਤੁਸੀਂ ਦੇਖਦੇ ਹੋ ਕਿ ਜਿਹੜੇ ਦੁੱਧ ਦੀ ਪਿਛਲੇ ਹਫਤੇ ਦੀ ਰੇਟ ਸਨ ਉਹ ਥੋੜੇ ਸਸਤੇ ਸਨ ਤੇ ਇਸ ਵਾਰ ਖੰਡ ਦਾ ਦੁੱਧ ਦੀ ਰੇਟ ਜਿਹੜਾ ਹੋਰ ਵੀ ਜ਼ਿਆਦਾ ਵੱਧ ਚੁੱਕਾ ਹੈ ਕਿਉਂਕਿ ਜੋ ਤੁਸੀਂ ਪਿਛਲੇ ਹਫਤੇ ਗਏ ਸੀ ਮਾਰਕੀਟ ਦੇ ਵਿੱਚ ਉਸ ਟਾਈਮ ਜੋ ਤੁਸੀਂ ਖੰਡ ਨੂੰ ਹੱਥ ਲਾਇਆ ਜਾਂ ਦੁੱਧ ਨੂੰ ਹੱਥ ਲਾਇਆ ਤੇ ਦੇਖਿਆ ਕਿ ਤੁਹਾਨੂੰ ਲੱਗਾ ਕਿ ਦੁੱਧ ਸ਼ਾਇਦ ਜਿਹੜਾ ਮਹਿੰਗਾ ਹੈ ਖੰਡ ਮਹਿੰਗੀ ਹੈ ਅਗਲੇ ਹਫਤੇ ਸ਼ਾਇਦ ਜਿਹੜਾ ਰੇਟ ਘਟ ਜਾਵੇ ਪਰੰਤੂ ਇਸ ਵਾਰ ਜਾਣ ਦੇ ਨਾਲ ਕੀ ਹੋਇਆ ਕਿ ਰੇਟ ਜਿਹੜਾ ਉਸ ਤੋਂ ਵੀ ਅੱਗੇ ਜ਼ਿਆਦਾ ਵੱਧ ਚੁੱਕਾ ਸੀ ਤੇ ਫਿਰ ਮਜਬੂਰੀ ਦੇ ਵਿੱਚ ਤੁਸੀਂ ਕੀ ਕਰਦੇ ਹੋ ਕਿ ਜਿੱਥੇ ਤੁਸੀਂ 4 ਕਿਲੋ ਖੰਡ ਲੈਣੀ ਹੈ ਤੁਸੀਂ ਕਹਿੰਦੇ ਹੋ ਕਿ 3 ਕਿਲੋ ਦੇ ਨਾਲ ਹੀ ਸਾਰੇ ਆ ਜਾਵੇ ਇਹ ਜਿਹੜੀ ਸਥਿਤੀ ਹੈ ਜੀ ਇਟਲੀ ਦੇ ਵਿੱਚ ਬਣ ਚੁੱਕੀ ਹੈ ਲੋਕਾਂ ਨੇ ਜਿਹੜੀਆਂ ਆਪਣੀਆਂ ਚੀਜ਼ਾਂ ਘਟਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿਸੇ ਨੇ ਇਹ ਵੀ ਸੋਚਿਆ ਹੈ ਕਿ ਜਿਹੜਾ ਦੁੱਧ ਹੈ ਜੀ ਇਸ ਨੂੰ ਘਟਾ ਦਿਓ ਥੋੜਾ ਤਾਂ ਕਿ ਜਿਹੜੇ ਵਧੇ ਹੋਏ ਰੇਟ ਹਨ ਇਹਨਾਂ ਦੀ ਜਿਹੜੀ ਪਰਪਾਈ ਕੀਤੀ ਜਾ ਸਕੇ ਦੂਜੇ ਨੰਬਰ ਤੇ ਕੀ ਹੋਇਆ ਕਿ ਹੁਣ ਜਿਹੜੇ ਬੈਂਕਾਂ ਦੇ ਵਿੱਚ ਵਿਆਜ ਵੀ ਵਧਨੇ ਸ਼ੁਰੂ ਹੋ ਚੁੱਕੇ ਹਨ ਜੇ ਮਹਿੰਗਾਈ ਵਧੀ ਹੈ ਤੁਸੀਂ ਸੁਣਿਆ ਹੋਵੇਗਾ ਕਿ ਜਿਸ ਸਮੇਂ ਇੱਥੇ 0.25 ਜਾਂ ਫਿਰ 0.50% ਵਿਆਜ ਇਟਲੀ ਦੇ ਕੁਨ ਦਿਨਾਂ ਦੇ ਵਿੱਚ ਲੋਕਾਂ ਨੂੰ ਇੰਡੀਆ ਦੇ ਵਿੱਚ ਤਕਰੀਬਨ 6% 7% ਜਿਹੜਾ ਵਿਆਜ ਬੈਂਕਾਂ ਦਿੰਦੀਆਂ ਸਨ ਹੁਣ ਇਟਲੀ ਦੇ ਵਿੱਚ ਜਿਹੜੀ ਨਵੀਂ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਤੁਸੀਂ ਜਿਹੜਾ 4% ਜਿਹੜਾ ਹੈ ਜੀ ਬੈਂਕਾਂ ਦੇ ਵਿੱਚ ਵਿਆਜ ਲੈ ਸਕਦੇ ਹੋ ਮਤਲਬ ਕਿ 100 ਯੂਰੋ ਜੇ ਤੁਸੀਂ ਬੈਂਕ ਦੇ ਵਿੱਚ ਜਮਾ ਕਰਾਉਂਦੇ ਹੋ ਜਾਂ 1000 ਯੂਰੋ ਤੇ ਉਹਦੇ ਪਿੱਛੇ ਤੁਸੀਂ 40 ਯੂਰੋ ਕਮਾ ਸਕਦੇ ਹੋ ਇੱਕ ਸਾਲ ਦੇ ਵਿੱਚ ਹੁਣ ਜੇ ਕਿਸੇ ਬੰਦੇ ਦੇ ਕੋਲ ਜ਼ਿਆਦਾ ਪੈਸਾ ਹੈ ਕਰੋ 10000 ਯੂਰੋ ਵੀ ਜਿਹੜਾ ਬੈਂਕ ਦੇ ਵਿੱਚ ਪੈਸਾ ਰੱਖਦਾ ਹੈ ਤੇ 10000 ਯੂਰੋ ਦੇ ਆਧਾਰ ਤੇ ਨਾਲੋਂ 400 ਯੂਰੋ ਜਿਹੜਾ ਹੈ ਜੀ ਇੱਕ ਸ ਇਥੇ ਤੁਸੀਂ ਇਹ ਵੀ ਪੁੱਛੋਗੇ ਕਿ 400 ਯੂਰੋ ਜਿਹੜਾ ਕਮਾਉਣ ਦਾ ਤਰੀਕਾ ਕੀ ਹੈ ਕਿ ਇਹਦੇ ਵਾਸਤੇ ਕੀ ਕੀਤਾ ਜਾਵੇ। ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜੇ ਤੁਸੀਂ ਕੋਈ ਵੀ ਕੁਝ ਬੈਂਕਾਂ ਹਾਂ ਜਿਹੜੀਆਂ ਬੈਂਕਾਂ ਤੁਹਾਨੂੰ ਅਸੀਂ ਦੱਸਾਂਗੇ ਜਿਨ੍ਹਾਂ ਦੇ ਨਾਮ ਪਹਿਲਾਂ ਤੁਹਾਨੂੰ ਨਾਮ ਦੱਸਦੇ ਹਾਂ ਬੈਂਕਾਂ ਦੇ। ਇਹਦੇ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਪੈਸਾ ਹੈ ਜਿੰਨਾ ਵੀ ਤੁਹਾਡੇ ਕੋਲ ਮਨੀ ਹੈ ਮਤਲਬ ਜਿਹੜਾ ਵੀ ਤੁਹਾਡੇ ਕੋਲ ਡਿਪੋਜ਼ਿਟ ਹੈ ਹੋ ਸਕਦਾ 500 ਯੂਰੋ, 1000 ਯੂਰੋ, 5000, 10000, 20000, 50000। ਇੱਕ ਲੱਖ ਲੋਕਾਂ ਦੇ ਕੋਲ ਬਹੁਤ ਜ਼ਿਆਦਾ ਗਰੀਬੀ ਵੀ ਇਟਲੀ ਦੇ ਵਿੱਚ ਹੈ ਤੇ ਆਪਣੇ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਤੁਹਾਨੂੰ ਕਈ ਵਾਰ ਸਮਝ ਨਹੀਂ ਆਉਂਦਾ ਕਿ ਜਿਹੜਾ ਇੰਨਾ ਪੈਸਾ ਹੈ ਜੀ ਉਹ ਕਿੱਥੇ ਰੱਖਣਾ। ਵੈਸੇ ਜਿਹੜੀ ਸਥਿਤੀ ਹੈ ਜੀ ਉਦੋਂ ਹੀ ਆਉਂਦੀ ਹੈ ਜਦੋਂ ਨਾਲ ਬੱਚੇ ਜਿਹੜੇ ਤੁਹਾਡੇ ਅਗਰ ਦੋ ਤਿੰਨ ਬੱਚੇ ਜਿਹੜੇ ਨਾਲ ਕੰਮ ਕਰਦੇ ਹੋਣ ਤੇ ਤੁਸੀਂ ਆਪ ਵੀ ਕੰਮ ਕਰਦੇ ਹੋ ਤੇ ਜਿਹੜਾ ਤੁਹਾਡਾ ਘਰ ਹੈ ਉਹ ਜੇ ਤੁਸੀਂ ਆਪਣਾ ਖਰੀਦਿਆ ਹੋਵੇ ਉਸ ਟਾਈਮ ਆਪਾਂ ਇਸ ਸਥਿਤੀ ਨੂੰ ਕਹਿ ਸਕਦੇ ਹਾਂ। ਨਾਰਮਲ ਅਗਰ ਇੱਕ ਬੰਦਾ ਹੀ ਘਰ ਦੇ ਵਿੱਚ ਕੰਮ ਕਰੇ ਤਾਂ ਫਿਰ ਉਹ ਜਿਹੜਾ ਇਹ ਜੀ 1000 ਯੂਰੋ ਤੱਕ ਵੀ ਨਹੀਂ ਪਹੁੰਚਦਾ। ਚਲਦੇ ਹਾਂ ਜੀ ਮੁੱਦੇ ਦੀ ਗੱਲ ਦੇ ਉੱਤੇ। ਇਟਲੀ ਦੇ ਵਿੱਚ ਇੱਕ ਬੈਂਕ ਹੈ ਜੀ ਬਾਂਕਾ ਸੀਐਫ ਜਿਹਨੂੰ ਪਹਿੜੇ ਜਿਹੜੇ ਫਾਰ ਇਸ ਬੈਂਕ ਨੇ ਇੱਕ ਅਨਾਊਂਸਮੈਂਟ ਕੀਤੀ ਹੈ ਇਸ ਨੇ ਕਿਹਾ ਹੈ ਕਿ ਜਿਹੜਾ ਡਿਪੋਜ਼ਿਟ ਹੈ ਜੀ ਤੁਹਾਡਾ ਉਹਦੇ ਵਿੱਚ ਤੁਹਾਨੂੰ ਜਿਹੜੀ ਚੰਗੀ ਰਿਟਰਨ ਮਿਲ ਸਕਦੀ ਹੈ ਇਹਦੇ ਵਿੱਚ 4% ਦਾ ਜਿਹੜਾ ਗ੍ਰੋਸ ਇਹਨਾਂ ਨੇ ਹੈ ਜੀ ਦੱਸਿਆ ਹੈ ਜਿੱਦਾਂ ਗ੍ਰੋਸ ਇੰਟਰਸਟ ਇਹਦੇ ਵਿੱਚ ਤੁਹਾਨੂੰ ਇੱਕ ਚੀਜ਼ ਹੋਰ ਕਰਨੀ ਪਵੇ ਕਿ ਜਿਹੜਾ ਤੁਹਾਡਾ ਪੈਸਾ ਹੈ ਜੀ 5 ਸਾਲ ਦੇ ਵਾਸਤੇ ਫ੍ਰੀਜ਼ ਕਰਨਾ ਪਵੇਗਾ ਮਤਲਬ ਕਿ 5 ਸਾਲ ਦੇ ਪਾਸਤੇ ਜਿਹੜਾ ਪੈਸਾ ਹੈ ਬੈਂਕ ਦੇ ਵਿੱਚ ਜਿਹਦਾ ਐਫ ਡੀ ਕਰਾਉਣੀ ਪਵੇਗੀ ਤੇ ਉਸ ਤੋਂ ਬਾਅਦ ਹੀ ਜਿਹੜਾ ਤੁਸੀਂ ਇਹ ਜਿਹੜਾ ਇੰਟਰਸਟ ਤੁਹਾਨੂੰ ਮਿਲ ਸਕਦਾ ਹੈ ਇੱਕ ਹੋਰ ਬੈਂਕ ਹੈ ਜੀ ਈ ਐਨ ਜੀ ਬੈਂਕ 1.5% ਜਿੱਦਾਂ ਸਲਾਨਾ ਜਿਹੜਾ अमाउंट ਹੈ ਜੀ ਇਹਦੇ ਉੱਤੇ ਡਿਪੋਜ਼ਿਟ ਵਗੈਰਾ ਦੇਦੀ ਹੈ ਜਿੱਦਾਂ ਕਿ ਡਿਪੋਜ਼ਿਟ ਰੰਕੂ ਦੇ ਵਿੱਚ ਹੈਗਾ ਤੁਸੀਂ 12 ਮਹੀਨੇ ਦੇ ਵਾਸਤੇ ਜਿਹੜਾ ਪੈਸਾ ਜਮ੍ਹਾਂ ਕਰਾਉਂਦੇ ਹੋ ਬਾਕੀ 31 ਦਸੰਬਰ ਤੋਂ ਪਹਿਲਾਂ ਪਹਿਲਾਂ ਜਿਹੜਾ ਕਾਊਂਟ ਹੈ ਜੀ ਤੁਹਾਨੂੰ ਖੁਲੋਣਾ ਪਵੇਗਾ ਬਾਕੀ ਇਹਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਲੋਕ ਡਰਨਗੇ ਕਿਸ ਵੱਲੋਂ ਕਿਉਂਕਿ ਜਿਹੜੇ ਕਾਊਂਟ ਆਨਲਾਈਨ ਬੈਂਕਾਂ ਹਨ ਤੇ ਆਨਲਾਈਨ ਹੀ ਤੁਹਾਨੂੰ ਜਿਹੜਾ ਪੈਸਾ ਮਿਲ ਸਕਦਾ ਹੈ ਆਨਲਾਈਨ ਦੇ ਵਿੱਚ ਕੀ ਹੁੰਦਾ ਹੈ ਕਿ ਲੋਕ ਜਿਹੜੇ ਹਨ ਜੀ ਥੋੜਾ ਡਰ ਲੱਗਦਾ ਹੈ ਕਿ ਕਈ ਵਾਰ ਪੈਸਾ ਕਿਸੇ ਦਾ ਇੱਧਰ ਉੱਧਰ ਨਾ ਲੋਕ ਜਿਆਦਾ ਪਸੰਦ ਕਰਦੇ ਨੇ ਜਿੱਥੇ ਕਿ ਬੈਂਕ ਦੀ ਬ੍ਰਾਂਚ ਹੋਵੇ ਜਿੱਦਾਂ ਕਿ ਪੋਸਟ ਆਫਿਸ ਦੇ ਵਿੱਚ ਲੋਕ ਜਿਆਦਾ ਪੈਸਾ ਰੱਖਣਾ ਪਸੰਦ ਕਰਦੇ ਨੇ ਕਿਉਂਕਿ ਜਿੱਦਾਂ ਕਿ ਇੱਕ ਤਾਂ ਸਰਕਾਰੀ ਹੁੰਦਾ ਹੈ ਸਰਕਾਰ ਦਾ ਪਿਛੇ ਹੱਥ ਹੁੰਦਾ ਹੈ ਬੇਸ਼ੱਕ ਜਿਹੜਾ ਵਿਆਜ ਵਗੈਰਾ ਤੁਹਾਨੂੰ ਘੱਟ ਮਿਲਦਾ ਹੈ ਚਲਦੇ ਹਾਂ ਜੇ ਅਗਲੀ ਖ਼ਬਰ ਦੁੱਤੀ ਅਗਲੀ ਖ਼ਬਰ ਜਿਹੜੀ ਆਪਣੀ ਮੋਨੋਪਤੀ ਨੋ ਦੇ ਨਾਲ ਸੰਬੰਧਿਤ ਹੈ ਤੁਸੀਂ ਦੇਖਿਆ ਹੋਵੇਗਾ ਕਿ ਅੱਜ ਕੱਲ ਬਹੁਤ ਸਾਰੇ ਲੋਕ ਜਿਹੜੇ ਹਨ ਮੋਨੋਪਤੀ ਨੋ ਦਾ ਇਸਤੇਮਾਲ ਕਰ ਰਹੇ ਹਨ ਇਹ ਲੋਕਾਂ ਦੀ ਗਿਣਤੀ ਇੰਨੀ ਕਿ ਜਿਆਦਾ ਹੋ ਚੁੱਕੀ ਹੈ ਕਿਉਂਕਿ ਇੱਕ ਤਾਂ ਇਸ ਦਾ ਰੇਟ ਘੱਟ ਹੁੰਦਾ ਹੈ ਦੂਜਾ ਹੈ ਕਿ ਇਹ ਗਲੀਆਂ ਚੁਰਾਣਾ ਸੌਖਾ ਹੁੰਦਾ ਜੀ ਕਿਉਂਕਿ ਲੋਕ ਜਿਹੜੇ ਇਸ ਨੂੰ ਜਿਹੜੀਆਂ ਮੇਨ ਸੜਕਾਂ ਹਨ ਉਹਨਾਂ ਦੇ ਉੱਤੇ ਵੀ ਇਸ ਦਾ ਜਿਹੜਾ ਯੂਜ਼ ਕਰ ਰਹੇ ਹਨ ਕਿਉਂਕਿ ਕੋਈ ਇੰਸ਼ੋਰੈਂਸ ਦਾ ਖਰਚਾ ਨਹੀਂ ਹੈ ਬਿਲਕੁਲ ਜਿਹੜੇ ਬੰਦੇ ਦੇ ਪੈਸੇ ਬਚਦੇ ਹਨ ਬਹੁਤ ਸਾਰੇ ਲੋਕਾਂ ਨੇ ਕੀ ਕੀਤਾ ਕਿ ਜਿਹੜੇ ਛੋਟੇ-ਛੋਟੇ ਸਫ਼ਰ ਦੇ ਵਾਸਤੇ ਪਹਿਲਾਂ ਮੋਤਰੀ ਨੂੰ ਰੱਖੀਆਂ ਹੋਈਆਂ ਸਨ ਜਾਂ ਕੋਈ ਕਾਰਾਂ ਦਾ ਇਸਤੇਮਾਲ ਕਰਦੇ ਸਨ ਉਹਨਾਂ ਲੋਕਾਂ ਨੇ ਵੀ ਜਿਹੜਾ ਹੈ ਜੀ ਮੋਨੋਪੱਤੀ ਨੂੰ ਜਿਹੜਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਹੁਣ ਇਸ ਦੇ ਵਿੱਚ ਕੀ ਹੋਇਆ ਕਿ ਮਲਾਂ ਦੇ ਵਿੱਚ ਇੱਕ ਘਟਨਾ ਹੋਈ ਹੈ ਇੱਕ 16 ਸਾਲ ਦੇ ਲੜਕੇ ਦੇ ਨਾਲ ਜਿਹੜਾ ਕਿ ਮੋਨੋਪੱਤੀ ਨੂੰ ਦਾ ਯੂਜ਼ ਕਰ ਨਿਕਲਦਾ ਹੈ ਤਾਂ ਉਸ ਟਾਈਮ ਜਿਹੜਾ ਐਕਸੀਡੈਂਟ ਹੋ ਜਾਂਦਾ ਹੈ ਤਕਰੀਬਨ 3 ਵਜੇ ਤੜਕੇ ਜਿਹੜਾ ਐਕਸੀਡੈਂਟ ਹੁੰਦਾ ਹੈ ਵਿਆਲੇ ਬਿਆੰਕਾ ਮਾਰੀਆ ਇਲਾਕਾ ਮਿਲਾਨ ਦੇ ਵਿੱਚ ਪੈਂਦਾ ਹੈ ਇਸੇ ਤਰ੍ਹਾਂ ਇੱਕ ਹੋਰ ਐਕਸੀਡੈਂਟ ਹੋਇਆ ਹੈ ਜੀ ਇਹ ਜਿਹੜਾ ਐਕਸੀਡੈਂਟ ਇਹਦੇ ਵਿੱਚ ਇੱਕ 42 ਸਾਲ ਦਾ ਜਿਹੜਾ ਇੱਕ ਮੋਟਰਸਾਈਕਲ ਚਲਾਉਣ ਵਾਲਾ ਸ਼ਖਸ ਸੀ ਉਸ ਦੀ ਜਾਨ ਚਲੀ ਜਾਂਦੀ ਹੈ ਇਹ ਜਿਹੜਾ ਹੋਇਆ ਹੈ ਜੀ ਵਿਊ ਨੋਸ ਅਲੀਜ਼ ਬਾਕੀ ਜਿਹੜੀ ਪਰੇਪਰਲੀ ਘਟਨਾ ਦੇ ਵਿੱਚ ਮੋਨੋਪਤੀ ਨੂੰ ਜਿਹੜਾ ਲੜਕਾ ਡਿੱਗਿਆ 16 ਸਾਲ ਦਾ ਇਸ ਨੂੰ ਫਿਰ ਰੈਡਕੋਰਟ ਦੇ ਨਾਲ ਜਿਹੜਾ ਹਸਪੀਟਲ ਦੇ ਵਿੱਚ ਲਿਜਾਇਆ ਜਾਂਦਾ ਹੈ ਇਸ ਲੜਕੇ ਦੀ ਜਿਹੜੀ ਸਿਰ ਦੇ ਉੱਤੇ ਸ ਫਿਲਹਾਲ ਜਿਹੜਾ ਜ ਤੱਕ ਇਹ ਖਬਰ ਦੱਸੀ ਜਾ ਰਹੀ ਹੈ ਉਸ ਟਾਈਮ ਤੱਕ ਦੱਸਿਆ ਜਾ ਰਿਹਾ ਹੈ ਕਿ 16 ਸਾਲ ਦਾ ਲੜਕਾ ਜਿਹੜਾ ਹੈ ਜੀ ਕੋਮਾ ਦੇ ਵਿੱਚ ਹੈ ਕੋਈ ਵੀ ਜਿਹੜੀ ਸਰੀਰ ਦੇ ਵਿੱਚ ਮੂਵਮੈਂਟ ਵਗੈਰਾ ਨਹੀਂ ਹੈ ਕਿਉਂਕਿ ਜਿਹੜੀ ਸੱਟ ਹੈ ਸਿਰ ਦੇ ਵਿੱਚ ਲੱਗੀ ਹੈ ਸੋ ਨੁਚੋਟ ਜਿਹੜਾ ਇਹ ਹੀ ਨਿਕਲਦਾ ਹੈ ਕਿ ਮੋਨੋਪਤੀ ਨੂੰ ਦਾ ਜਿਹੜਾ ਖਰਚਾ ਬੇਸ਼ੱਕ ਘੱਟ ਹੈ ਜੀ ਇੱਕ ਵਾਰੀ ਪੈਸੇ ਦੇਣੇ ਪੈਦੇ ਹਨ ਜਾਂ ਜਿਹੜੀ ਬੈਟਰੀ ਚਾਰਜ ਕਰਨੀ ਪੈਂਦੀ ਹੈ ਪਰੰਤੂ ਰਿਸਕ ਬਹੁਤ ਜ਼ਿਆਦਾ ਹੈ ਅਗਰ ਕੋਈ ਵੀ ਕਾਰ ਵਾਲਾ ਜਾਂ ਕੋਈ ਸਕੂਟਰ ਵਾਲਾ ਥੋੜੀ ਜਿਹੀ ਵੀ ਅਗਰ ਤੁਹਾਡੇ ਨਾਲ ਖੇਜ ਜਾਂਦਾ ਹੈ ਤਾਂ ਨੁਕਸਾਨ ਜਿਹੜਾ ਮੋਨੋਪਤੀ ਨੂੰ ਵਾਲੇ ਬੰ ਹੁਣ ਚਲਦੇ ਹਾਂ ਜੀ ਆਪਣੀ ਇੱਕ ਨੈਕਸਟ ਅਪਡੇਟ ਦੇ ਉੱਤੇ ਜਿਹੜਾ ਇਹ ਅਪਡੇਟ ਹੈ ਇਹਦੇ ਵਿੱਚ ਤੁਹਾਡੇ ਕੋਲ ਇੱਕ ਸਲਾਹ ਪੁੱਛੀ ਜਾਵੇਗੀ ਤੁਸੀਂ ਜਾਣਦੇ ਹੋ ਕਿ ਜਿਹੜੇ ਸਾਡੇ ਵੀਰ 2017 ਤੋਂ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਤੇ ਜਿਹੜੀਆਂ ਪਹਿਲਾਂ ਵੀਡੀਓ ਸਨ ਜ਼ਿਆਦਾ ਵੀਡੀਓ ਪਾਈਆਂ ਜਾਂਦੀਆਂ ਸਨ ਤੇ ਕੁਝ ਇੰਟਰਨੈਸ਼ਨਲ ਮਸਲਿਆਂ ਦੇ ਉੱਤੇ ਵੀਡੀਓ ਪਾਈ ਜਾਂਦੀ ਸੀ ਤੇ ਕੁਝ ਜਿਹੜੀਆਂ ਵੀਡੀਓ ਸਨ ਹੈਲਥ ਟਿਪਸ ਦੇ ਆਧਾਰ ਤੇ ਵੀ ਪਾਈਆਂ ਜਾਂਦੀਆਂ ਸਨ ਹੁਣ ਵੀ ਕੁਝ ਵੀਰਾਂ ਦੇ ਕਮੈਂਟ ਆਉਂਦੇ ਹਨ ਜਿਦਾਂ ਕੀ ਅਮਰੀਕਾ ਕੈਨੇਡਾ ਤੋਂ ਕਿ ਜਿਹੜੀਆਂ ਵੀਡੀਓ ਹਨ ਪਹਿਲਾਂ ਵਾਂਗੂ ਤੁਸੀਂ ਥੋੜੀਆਂ ਪਾਇਆ ਕਰੋ ਕਿਉਂਕਿ ਜਿਹੜੀ ਫਿਲਹਾਲ ਵੀਡੀਓ ਹੈ ਜੀ ਤਕਰੀਬਨ ਇਟਲੀ ਦੇ ਵਾਸਤੇ ਪਾਈ ਜਾਂਦੀ ਹੈ। ਬਾਕੀ ਤੁਸੀਂ ਕੀ ਸੋਚਦੇ ਹੋ ਦੇ ਬਾਰੇ ਕਿ ਸਾਨੂੰ ਜਿਹੜੀ ਇਟਲੀ ਤੋਂ ਇਲਾਵਾ ਕੋਈ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀਡੀਓ ਪਾਉਣੀ ਚਾਹੀਦੀ ਹੈ ਹੈਲਥ ਟਿਪਸ ਦੇ ਉੱਪਰ ਵੀ। ਕਿਉਂਕਿ ਇਟਲੀ ਦੇ ਨਾਲ ਸੰਬੰਧ ਜਿਹੜੀ ਵੀਡੀਓ ਹੈ ਜੀ ਉਹ ਤਾਂ ਵੀਡੀਓ ਤੁਹਾਨੂੰ ਰੈਗੂਲਰ ਤੌਰ ਤੇ ਮਿਲਦੀ ਹੀ ਰਹੇਗੀ। ਬਾਕੀ ਜੇ ਤੁਸੀਂ ਚਾਹੁੰਦੇ ਕਿ ਇਸ ਤੋਂ ਇਲਾਵਾ ਵੀ ਜਿਹੜੀ ਵੀਡੀਓ ਪਹਿਲਾਂ ਵਾਂਗ ਛੋਟੇ ਲੈਵਲ ਦੀਆਂ ਛੋਟੀਆਂ ਵੀਡੀਓ ਜਿਹੜੀਆਂ ਪਾਈਆਂ ਜਾਣ ਦਿਨ ਦੇ ਵਿੱਚ ਇੱਕ ਜਾਂ ਦੋ ਤੇ ਤੁਸੀਂ ਜ਼ਰੂਰ ਕਮੈਂਟ ਦੇ ਵਿੱਚ ਦੱਸਿਓ। ਕਿਉਂਕਿ ਹੋ ਸਕਦਾ ਹੈ ਕਿ ਅਗਰ ਤੁਸੀਂ YouTube ਦੇ ਵਿੱਚ ਵੀ ਰਹਿੰਦੇ ਹੋ ਤਾਂ ਵੀਡੀਓ ਜਿਹੜੀ ਤੁਹਾਡੇ ਵੀ ਕੰਮ ਦੀ ਹੋਵੇ। ਬਾਕੀ ਚੰਨ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰ ਲੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਤੁਮ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਧੰਨਵਾਦ ਜੀ।